ਆਪਾਂ ਦੇ ਸਮਾਨ ਸਮੂਨ ਆਪਣੇ ਰੱਖ ਲਿਆ ਵਾ ਤੇ ਚਲੋ ਕਰਦੇ ਹਾਂ ਹੁਣ ਕੰਮ ਸ਼ੁਰੂ ਪਰ ਦੀਦੀ ਤੇ ਹਜੇ ਆਏ ਨਹੀਂ ਆ ਕੋਈ ਨਹੀਂ ਆ ਜਾਂਦੇ ਦੀਦੀ ਤੂੰ ਆ ਚੁੱਕ ਆਪਣਾ ਸਮਾਨ ਇਧਰੋਂ ਸਾਰਾ ਕਰ ਦੇ ਸਾਈਡ ਤੇ ਲੈ ਦੀਦੀ ਵੀ ਆ ਗਈ ਲੈ ਤੁਸੀਂ ਅੱਜ ਵੇਲੇ ਸੇਰ ਹੀ ਹੈ ਅੱਗੇ ਮੈਂ ਵੀ ਨਾ ਦੁਕਾਨ ਖੋਲਦੀ ਅੱਜ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਬਹੁਤ ਵਧੀਆ ਠੀਕ ਠਾਕ ਆ ਤੁਸੀਂ ਅੱਜ ਲੇਟ ਹੋ ਗਏ ਅੱਜ ਫਿਰ ਇਦਾਂ ਹੀ ਘਰਾਂ ਦੇ ਕੰਮ ਧੰਦੇ ਤੈਨੂੰ ਪਤਾ ਹੀ ਆ ਫਿਰ ਨਿਆਣੇ ਕੋਲ ਡਿਮਾਂਡ ਨਵੀਂ ਕੋਈ ਗੱਲ ਨੀ ਆਹੋ ਫਿਰ ਕੁੜੀ ਕਾਲੀ ਪਈ ਤੇ ਫੋਨ ਨੀ ਆਇਆ ਸੀ ਠੀਕ ਹੈ ਜੀ ਆਹੋ ਚੱਲ ਆਹ ਵਧੀਆ ਹੋ ਗਿਆ ਆਪੇ ਹੌਲੀ ਹੌਲੀ ਕੰਮ ਚੱਲ ਪੈਣਾ ਘਰ ਵੀ ਸਾਰਾ ਦਿਨ ਕਦੀ ਮੰਮੀ ਦੀਆਂ ਤੇ ਕਦੀ ਭਾਬੀ ਦੀਆਂ ਝਿੜਕਾਂ ਖਾਂਦੀ ਰਹਿੰਦੀ ਸੀ ਦੀਦੀ ਤੁਸੀਂ ਕੰਮ ਤੁਹਾਨੂੰ ਸਿਲਾਈ ਦਾ ਸ਼ੌਂਕ ਸੀ ਜਾਂ ਜਿੱਦਾਂ ਵੀ ਸ਼ੌਂਕ ਦੇ ਨਾਲ ਕੰਮ ਖੋਲਿਆ ਜਾਂ ਜਿੱਦਾਂ ਘਰ ਦੀਆਂ ਕਈ ਮਜਬੂਰੀਆਂ ਹੁੰਦੀਆਂ ਤਾਂ ਕਰਕੇ ਖੋਲਿਆ ਵਾ ਸ਼ੌਂਕ ਤਾਂ ਪਹਿਲਾਂ ਬੜਾ ਸੀ ਮੰਮੀ ਨਾਲ ਮੈਂ ਜਿੱਦ ਕਰ ਕਰਕੇ ਫੇਰ ਸਿਲਾਈ ਸਿੱਖੀ ਮੈਂ ਕਹਿਣਾ ਵੀ ਮੰਮੀ ਮੈਨੂੰ ਸਿਲਾਈ 'ਚ ਪਾ ਦੇ ਮੈਂ ਫੈਸ਼ਨ ਡਿਜ਼ਾਇਨਰ ਦਾ ਕਰਨਾ ਵਾ ਅਤੇ ਮੰਮੀ ਕਹਿੰਦੀ ਵੀ ਨਹੀਂ ਫੈਸ਼ਨ ਡਿਜ਼ਾਇਨਰ ਨਾ ਤੂੰ ਇੱਥੇ ਜਿਹੜਾ ਆਇਆ ਵਾ ਨਾ ਸੈਂਟਰ ਤੂੰ ਇੱਥੇ ਲਾ ਲਾ ਥੋੜ੍ਹਾ ਕੁ ਚਿਰ ਪਰ ਮੈਨੂੰ ਇੰਨਾ ਕੁ ਸ਼ੌਂਕ ਸੀ ਨਾ ਵੀ ਦੂਰ ਹੀ ਨਾ ਜਾਣਾ ਪੈਂਦਾ ਫਿਰ ਅਤੇ ਫਿਰ ਮੈਂ ਪਿੰਡੋਂ ਹੀ ਸਿੱਖ ਲਈ ਅਤੇ ਸ਼ੌਂਕ ਦਾ ਕਰਕੇ ਤਾਂ ਅੱਜ ਇੱਥੇ ਬੈਠੀ ਹਾਂ ਪਰ ਹੁਣ ਘਰਾਂ ਦੀਆਂ ਕਈ ਮਜਬੂਰੀਆਂ ਵੀ ਆ ਨਾਲ ਉਹਦੇ ਕਰਕੇ ਵੀ ਸੀਨੇ ਪੈਂਦੇ ਆ ਸ਼ੌਂਕ ਜਿਹੜਾ ਨਾ ਉਹ ਮਜ਼ਬੂਰੀ ਬਣ ਗਈ ਆ ਹੋਰ ਨਹੀਂ ਕੋਈ ਗੱਲ ਤੂੰ ਸੁਣਾ ਤੂੰ ਕਿਹੜੇ ਹਿਸਾਬ ਨਾਲ ਖੋਲ੍ਹੀ ਆ ਮੈਂ ਵੀ ਲਾ ਲਓ ਮੇਰਾ ਕੰਮ ਵੀ ਥੋੜ੍ਹਾ ਢਾਡੇ ਵਾਲਾ ਹੀ ਆ ਸ਼ੌਂਕ ਵੀ ਸੀਗਾ ਅਤੇ ਥੋੜ੍ਹੀ ਮਜ਼ਬੂਰੀ ਵੀ ਬਣ ਗਈ ਜਿੱਦਾਂ ਹੁਣ ਘਰੇ ਆ ਮੇਰੀ ਜਦਰਾਣ ਜਠਾਣੀ ਆ ਉਹ ਥੋੜ੍ਹੀ ਸੌਖੇ ਘਰੋਂ ਆ ਅਤੇ ਮੰਮੀ ਸਾਰਾ ਦਿਨ ਉਹਦੇ ਹੀ ਗੁਣ ਗਾਉਂਦੀ ਰਹਿੰਦੀ ਉਹਨੂੰ ਚੰਗਾ ਸਮਝਦੀ ਆ ਅਤੇ ਮੈਂ ਮੇਰਾ ਪੇਕੇ ਥੋੜ੍ਹੇ ਗਰੀਬ ਆ ਅਤੇ ਮੈਨੂੰ ਤਾਂ ਕਦੀ ਮੰਮੀ ਨੇ ਸਿੱਧੇ ਮੂੰਹ ਨਹੀਂ ਬੁਲਾਇਆ ਹੈਗਾ ਅਤੇ ਮੇਰਾ ਘਰ ਵਾਲਾ ਵੀ ਸਾਰੀ ਦਿਹਾੜੀ ਟੁੱਟ ਟੁੱਟ ਮਰਦਾ ਰਹਿੰਦਾ ਆ ਅਤੇ ਚੱਲ ਮੈਂ ਸੋਚਿਆ ਵੀ ਆਪਣਾ ਕੰਮ ਖੋਲ੍ਹਦੇ ਹਾਂ ਆਪਣੇ ਪੈਸੇ ਜਿੱਥੇ ਜੀ ਕਰੂ ਵਰਤਿਆ ਕਰਾਂਗੇ ਹੁਣ ਘਰੋਂ ਜਦੋਂ ਵੀ ਪੈਸੇ ਮੰਗੋ ਅਤੇ ਮੰਮੀ ਬਹੁਤ ਗੱਲਾਂ ਸੁਣਾਉਂਦੀ ਆ ਤੁਹਾਨੂੰ ਪਤਾ ਹੀ ਆ ਹੁਣ ਮੈਂ ਮਾੜਾ ਮੋਟਾ ਕੰਮ ਖੋਲ੍ਹਦੇ ਹਾਂ ਆਪਣਾ ਬੰਦਾ ਸ਼ੌਂਕ ਤਾਂ ਪੂਰਾ ਕਰੇ ਨਾਲੇ ਆਪਣੇ ਪੈਰਾਂ 'ਤੇ ਸਟੈਂਡ ਹੋ ਜਾਵਾਂਗੇ ਮੈਂ ਕਹਿੰਦੀ ਵੀ ਜਿਹੜੀ ਆਪਣੇ ਕੰਮ ਦੀ ਰੀਸ ਵਾ ਨਾ ਉਹ ਕੋਈ ਨਹੀਂ ਕਰ ਸਕਦਾ ਮੈਂ ਕਹਿੰਦੀ ਵਧੀਆ ਗੱਲ ਵਾ ਜੇ ਤੂੰ ਆਹ ਵਾਲਾ ਫੈਸਲਾ ਲਿਆ ਵਾ ਨਾ ਤੇ ਵਧੀਆ ਕੰਮ ਕੀਤਾ ਕੱਲ ਨੂੰ ਕਿਸੇ ਦੇ ਹੱਥਾਂ ਵੱਲ ਤੇ ਨਾ ਵੇਖਣਾ ਪਊਗਾ ਜਿਹੜੀ ਅਮੀਰੀ ਗਰੀਬੀ ਹੁੰਦੀ ਨਾ ਉਹ ਕਿਸੇ ਦੇ ਪਿਓ ਦੀ ਨਹੀਂ ਹੁੰਦੀ ਤੇ ਪਤਾ ਨਹੀਂ ਮੰਮੀਆਂ ਨੂੰ ਕੀ ਹੋ ਗਿਆ ਵਾ ਕੱਲ ਨੂੰ ਜਿੱਦਾਂ ਉਹਦੇ ਅਮੀਰ ਪੇਕੇ ਕੱਲ ਨੂੰ ਸਾਡੇ ਵੀ ਅਮੀਰ ਹੋ ਸਕਦੇ ਆ ਇਹ ਕੋਈ ਪਤਾ ਵਾ ਸਮੇਂ ਦਾ ਇਹ ਤਾਂ ਦੀਦੀ ਰੱਬ ਦੇ ਖੇਡ ਵਾ ਤੁਹਾਨੂੰ ਪਤਾ ਕਦੋਂ ਗਰੀਬੀ ਤੇ ਕਦੋਂ ਅਮੀਰੀ ਪਰ ਮੰਮੀ ਹੈ ਨਾ ਸਾਡੇ ਨਾਲ ਹੀ ਮੰਮੀ ਦਾ ਸਿੱਧੇ ਮੂੰਹ ਹੈਗਾ ਬੋਲਣਾ ਹੁਣ ਕੰਮ ਤੇ ਖੋਲ੍ਹਣਾ ਸੀ ਪਰ ਮੈਨੂੰ ਪਤਾ ਮੈਂ ਕਿੱਦਾਂ ਖੋਲ੍ਹਿਆ ਵਾ ਉੱਥੇ ਪਤਾ ਵਾ ਵੀ ਹੁਣ ਕੰਮ ਕਰਨਾ ਪੈਣਾ ਵਾ ਸਾਰੀ ਦਿਹਾੜੀ ਦੋਵੇਂ ਨੌ ਸੱਸ ਏ ਸੀ ਥੱਲੇ ਅਤੇ ਮੈਂ ਸਾਰੀ ਦਿਹਾੜੀ ਰਸੋਈ ਦੇ ਵਿੱਚ ਜੋ ਨਿੱਕਾ ਮੋਟਾ ਸਾਰਾ ਘਰ ਦਾ ਕੰਮ ਮੈਂ ਹੀ ਮੇਰੇ ਸਿਰ 'ਤੇ ਹੀ ਆ ਅਤੇ ਹੁਣ ਮਗਰੋਂ ਚੀਕਣਾ ਵਾ ਕਿ ਉਹਨਾਂ ਨੇ ਅੱਛਾ ਵੇਖ ਲਾ ਫਿਰ ਮੰਮੀਆਂ ਦੇ ਕੰਮ ਵੀ ਜਿਹੜੀ ਉਹ ਗਰੀਬ ਘਰੋਂ ਆਈ ਹੈ ਅਤੇ ਉਹਨੂੰ ਟੁੱਟ ਟੁੱਟ ਮਾਰ ਦਿਉ ਗਰਮੀ ਦੇ ਵਿੱਚ ਉਹਨੂੰ ਭਾਵੇਂ ਕੋ ਹੋ ਜੇ ਅਤੇ ਜਿਹੜੀ ਅਮੀਰ ਆ ਉਹ ਬਹੁਤਾ ਕੁਛ ਲੈ ਕੇ ਆਈ ਹੈ ਪਹਿਲਾਂ ਮੈਨੂੰ ਇਹ ਦੱਸੋ ਹਾਂ ਇੰਨੀ ਗੱਲ ਤਾਂ ਤੇਰਾ ਵੀ ਫਰਜ਼ ਬਣਦਾ ਨਾ ਪੁੱਛਣ ਦਾ ਵੀ ਮੇਰੇ 'ਚ ਵੀ ਜਾਨ ਵਾ ਅਮੀਰਾਂ 'ਚ ਬਹੁਤੀ ਜਾਨ ਨਹੀਂ ਗੀ ਹੁੰਦੀ ਮੈਂ ਦੀਦੀ ਕੁਛ ਕਹਿੰਦੀ ਨਹੀਂ
ਪਰ ਫਿਰ ਵੀ ਮੇਰਾ ਘਰ ਵਾਲਾ ਮੇਰੀ ਸਾਈਡ ਬਥੇਰੀ ਲੈਂਦਾ ਹੈ। ਮੈਂ ਕਹਿੰਦੀ ਸ਼ੁਕਰ ਕਰੋ ਇਹ ਚੰਗੇ ਆ, ਜੇ ਕਿਤੇ ਵੀ ਉਹਨਾਂ ਵਰਗੇ ਹੁੰਦੇ ਤੇ ਮੇਰਾ ਤੇ ਜੀਣਾ ਹੀ ਔਖਾ ਸੀ ਉੱਥੇ। ਔਖਾ ਸੀਗੇ ਫਿਰ ਕਿੱਥੋਂ ਟਿਕਣ ਦਿੰਦੀਆਂ ਹੀ। ਵੇਖ ਲਓ ਮੰਮੀ ਰਾਜਵਿੰਦਰ ਦੇ ਕੰਮ, ਇਹਨੇ ਰੋਜ਼ ਤਿਆਰ ਹੋ ਕੇ ਮੈਡਮ ਬਣ ਕੇ ਨਾ ਤੇ ਚੱਲ ਜਾ ਕਰਨਾ ਦੁਕਾਨ ਦੇ ਉੱਤੇ, ਤੇ ਮੇਰੇ ਵਰਗੀ ਨੇ ਘਰ ਫਾਹੀ ਆਈ ਰਿਹਾ ਕਰਨਾ। ਘਰ ਦਾ ਕੰਮ ਥੋੜਾ ਹੁੰਦਾ ਵਾ, ਮੇਰੇ ਕੱਲੀ ਕੋ ਹੋਣਾ ਵਾ, ਮੈਂ ਕਿਹੜਾ ਪਿੱਛੇ ਇੰਨਾ ਕੰਮ ਕੀਤਾ ਵਾ। ਮੇਰੇ ਮਾਂ ਪਿਓ ਨੇ ਤੇ ਕੰਮ ਵਾਲੀਆਂ ਰੱਖੀਆਂ ਹੈਗੀਆਂ, ਉਹ ਅਗਲੀਆਂ ਆਉਂਦੀਆਂ ਨੀ ਤੇ ਕੰਮ ਧੰਦਾ ਕਰ ਜਾਂਦੀਆਂ ਹੈਗੀਆਂ। ਤਾਂ ਕੋਈ ਗੱਲ ਨੀ, ਜਦੋਂ ਇਹ ਨਹੀਂ ਸੀ ਆਈ ਉਦੋਂ ਅਸੀਂ ਰੋਟੀ ਨਹੀਂ ਸੀ ਖਾਂਦੇ। ਕਿਹੜਾ ਕੰਮ ਹੀ ਜਿਹੜਾ ਨਹੀਂ ਕਰਦੇ, ਜਾਂਦੀਆਂ ਨਾ ਮੈਡਮ ਬਣ ਕੇ ਤੇ ਜਾਈ ਜਾਵੇ, ਸਾਰਾ ਇਹਨੂੰ ਕੰਮ ਕਰਕੇ ਦੱਸਾਂਗੇ, ਘਰ ਸਾਂਭ ਕੇ ਦੱਸਾਂਗੇ ਵੀ ਕਿੱਦਾਂ ਘਰ ਨੂੰ ਸਾਂਭੀਦਾ ਵਾ। ਇਹਦੇ ਦਿਲ 'ਚ ਇਹ ਨਾ ਭੁਲੇਖਾ ਹੋਵੇ ਇਹਨੂੰ ਵੀ ਕਦੇ ਮੈਂ ਹੀ ਭਾਰ ਥੰਮਿਆ ਵਾ, ਇਹਨਾਂ ਨੂੰ ਕਦੇ ਕੁਛ ਕਰਨਾ ਹੀ ਨਹੀਂ ਆਉਂਦਾ, ਸਾਰਾ ਕੰਮ ਕਰਾਂਗੇ। ਚਲੋ ਮੰਮੀ ਕੰਮ ਤੇ ਸਾਰਾ ਕਰਾਂਗੇ, ਤੁਸੀਂ ਏਦਾਂ ਕਰਿਆ ਕਰਿਓ ਵੀ ਮੈਨੂੰ ਲਾਗੋ ਸਬਜ਼ੀ ਬਣਾ ਦਿਆ ਕਰਿਓ ਤੇ ਮੈਂ ਫੁਲਕੇ ਚਾਰ ਲਾ ਦਿਆ ਕਰੂੰਗੀ, ਕਿਉਂਕਿ ਮੈਂ ਕਿਹੜਾ ਕਦੀ ਇੰਨੇ ਜੀਆਂ ਦੀ ਰੋਟੀ ਪਕਾਈ ਆ, ਹੁਣ ਹੌਲੀ ਹੌਲੀ ਮੈਨੂੰ ਵੀ ਘਾਸ ਜੀ ਪੈ ਜੂਗੀ ਕੰਮ ਦੀ। ਕੋਈ ਗੱਲ ਨੀ, ਸਬਜ਼ੀ ਮੈਂ ਵਾਧੂ ਬਣਾ ਲੈਂਦੀ ਹਾਂ, ਵਾਧੂ ਮੈਂ ਕੰਮ ਕਰ ਲਿਆ ਕਰਨਾ, ਤੂੰ ਇਹ ਗੱਲ ਦੀ ਤਾਂ ਟੈਨਸ਼ਨ ਹੀ ਨਾ ਲਿਆ। ਪਰ ਮੰਮੀ ਇੱਕ ਗੱਲ ਸੋਚਣ ਵਾਲੀ ਆ, ਤੁਸੀਂ ਵੀ ਰਾਜਵਿੰਦਰ ਨੂੰ ਤੇ ਸੇਰੇ ਨੂੰ ਕਿੰਨਾ ਬਾਹਰ ਸਮਝਾਇਆ, ਪਰ ਉਹਨਾਂ ਦੋਵਾਂ ਜਾਣਿਆਂ ਦੇ ਕੰਨ ਦੇ ਉੱਤੇ ਜੂ ਨਹੀਂ ਸਰਦੀ, ਐਦਾਂ ਵੱਖੋ ਵੱਖ ਰਾਹ ਫੜਿਆ ਘਰ ਦੇ ਵਿੱਚ ਕਿੱਦਾਂ ਟਾਈਮ ਪਾਸ ਹੋਊਗਾ। ਤੂੰ ਚੁੱਪ ਕੀਤੀ ਰਹਿ, ਹਾਂ ਵੇਖ ਲਈ ਨਹੀਂ ਹੈ ਭਲਾ ਦੋਵੇਂ ਜੀ ਕਿਹੜੀ ਕਮਾਈ ਕਰਦੇ ਆ, ਕੀ ਕਮਾਈ ਕਰਕੇ ਦੱਸਦੇ ਆ, ਮੈਂ ਵੀ ਤਾਂਹੀਓ ਚੁੱਪ ਕੀਤੀ ਆ ਵੀ ਇਹਨਾਂ ਵੱਲ ਮੈਂ ਵੇਖ ਹੀ ਲੈਂਦੀ ਆ। ਉਦਾਂ ਮੰਮੀ ਤੁਸੀਂ ਮੰਨੋ ਜਾਂ ਨਾ ਮੰਨੋ ਨਾ, ਹੁਣੇ ਸਾਨੂੰ ਟਿੱਚ ਨਹੀਂ ਜਾਣਦੇ, ਪਤਾ ਨਹੀਂ ਕਿਹੜੀ ਗਿੱਦੜ ਸਿੰਘੀ ਇਹਨਾਂ ਦੇ ਹੱਥ ਆਈ ਆ, ਜਿਹੜਾ ਉੱਡਦੇ ਹੀ ਫਿਰਦੇ ਦੋਵੇਂ ਜਾਣੇ, ਐਨ ਕਿਤੇ ਵਾਣਾ ਹੀ ਗੱਲਾਂ ਕਰਦੇ। ਉੱਡਦੇ ਤਾਂ ਫਿਰਦੇ ਹੀ ਹੋ, ਹੁਣ ਇਹਨਾਂ ਨੂੰ ਲਾਲਚ ਪੈ ਗਿਆ ਵੀ ਪੈਸਾ ਕਮਾਈਏ, ਤੇ ਭਲਾ ਮੈਂ ਵੇਖ ਲੂੰਗੀ ਨਾ ਕਿੰਨਾ ਕੇ ਪੈਸਾ ਕਮਾਉਂਦੇ ਆ ਦੋਵੇਂ ਜੀ। ਚੱਲ ਕੋਈ ਨੀ ਰਾਜਵਿੰਦਰ, ਕੰਮ ਆਪਣਾ ਤੇ ਸੋਭਾ ਜੱਗ ਦੀ, ਨਾਲੇ ਸਾਡੇ ਕੋਲ ਗੁਣ ਵਾ, ਨਾਲੇ ਅਸੀਂ ਲੋਕਾਂ ਨੂੰ ਸੂਟ ਸੀ ਸੀ ਪਵਾਵਾਂਗੇ, ਨਾਲੇ ਅਸੀਂ ਵੇਖਿਆ ਕਰਾਂਗੇ ਵੀ ਸਾਡੇ ਸੀਤੇ ਪਾਏ ਆ, ਹੈਨਾ। ਨਾਲੇ ਇਹ ਗੱਲ ਆ ਵੀ ਜਦੋਂ ਕੋਈ ਸਾਨੂੰ ਧੱਕਾ ਮਾਰੇ ਨਾ, ਅਗਰ ਸਾਨੂੰ ਫੇਰ ਹੀ ਆਉਂਦੀ ਆ, ਜਿੱਦਾਂ ਹੁਣ ਤੂੰ ਆਪਣਾ ਅੱਜ ਕੰਮ ਖੋਲ ਲਿਆ, ਇਹ ਸਾਰੀ ਉਮਰ ਦੀ ਤੇਰੀ ਰੋਟੀ ਬਣ ਗਈ ਆ। ਇਹ ਗੱਲ ਦੀਦੀ ਤੁਹਾਡੀ ਸਹੀ ਆ, ਤੇ ਬਾਕੀ ਮੈਨੂੰ ਦੱਸੋ ਤੁਹਾਡਾ ਕੋਈ ਗਾਹਕ ਗੁਗ ਬਣਿਆ ਵਾ? ਗਾਹਕ ਤੇ ਮੇਰੇ ਕੋਲ ਵਾਧੂ ਸੀ ਜਦੋਂ ਮੈਂ ਪਿੰਡ 'ਚ ਸੀ, ਪਿੰਡ 'ਚ ਇਹ ਸੀ ਕਿ ਵੀ ਕੰਮ ਛੋਟਾ ਸੀ ਤੇ ਜਿੱਦਾਂ ਲਾਗੇ ਗਲੀ ਗੁਲੀ ਬਣਿਆ ਉਹ ਆ ਜਾਂਦੀਆਂ ਹੁੰਦੀਆਂ ਸੀ, ਪਰ ਇਹ ਵੀ ਜਿੱਦਾਂ ਹੁਣ ਦੁਨੀਆਂ ਇਹ ਮੰਗਦੀ ਆ ਲੈਸਾਂ ਲੂਸਾਂ ਲਾਵੇ ਸੂਟ ਬੁਟੀਕ ਵਾਲਾ ਵਰਕ ਮੰਗਦੀਆਂ ਵਾ, ਤਾਂ ਕਰਕੇ ਫਿਰ ਮੈਨੂੰ ਇੱਥੇ ਦੁਕਾਨ ਪਾਉਣੀ ਪਈ। ਮੈਂ ਕਿਹਾ ਚੱਲ ਇੱਥੇ ਵਾਧੂ ਕੰਮ ਆ ਜਾਇਆ ਕਰੂਗਾ, ਇੱਥੇ ਵਾਧੂ ਕੰਮ ਆ ਜਾਂਦਾ, ਲੈਸਾਂ ਲੂਸਾਂ ਲਿਆ ਕੇ ਲਾ ਦੇਈਆਂ ਤੇ ਚੱਲ ਸਵਾਈ ਸਵਾਈ ਬਣ ਜਾਂਦੀ ਚਾਰ ਪੈਸੇ। ਆ ਵਧੀਆ, ਲੈਸਾਂ ਲੂਸਾਂ ਲਿਆ ਕੇ ਮਟੀਰੀਅਲ ਰੱਖ ਲਾਂਗੇ ਸੂਟਾਂ ਤੇ ਲਾਉਣ ਵਾਲਾ, ਤੇ ਬਾਕੀ ਕਿਤੇ ਤੁਹਾਡੇ ਪੈਰਾਂ ਪਿੱਛੇ ਮੈਨੂੰ ਵੀ ਕਾਮਯਾਬੀ ਮਿਲ ਜੂਗੀ, ਬਣ ਜੂਗਾ। ਹਾਂ ਗੱਲ ਨਾ ਕਿਆ ਕਰ, ਮਹਾਰਾਜ ਦੇਣ ਵਾਲਾ ਬੰਦਾ ਕੋਈ ਕਿਸੇ ਨੂੰ ਨਹੀਂ ਦਿੰਦਾ, ਨਾਲੇ ਮੈਂ ਕੌਣ ਹੋਣੀ ਤੈਨੂੰ ਦੇਣ ਵਾਲੀ? ਮਹਾਰਾਜ ਨੇ ਤੇਰਾ ਮੇਰਾ ਮੇਲ ਕਰਾਇਆ ਤੇ ਫਿਰ ਅਸੀਂ ਆਹ ਦੁਕਾਨ ਪਾਈ, ਹੈਨਾ। ਤੇ ਇਹ ਆ ਵੀ ਗਾੜੀ ਕੰਮ ਹੀ ਵਧਾਉਣਾ ਵਾ, ਘਟਾਉਣਾ ਨੀਗਾ। ਤੁਸੀਂ ਉਹ ਫਿਕਰ ਨਾ ਕਰੋ ਦੀਦੀ, ਆਪਾਂ ਕੰਮ ਵਧਾਉਣੇ ਆ, ਕੁਛ ਤੁਹਾਡੇ ਗਾਹਕ ਕੁਛ ਮੇਰੇ ਗਾਹਕ, ਮੈਂ ਬਾਕੀ ਆਪਣੇ ਭੈਣ ਭਰਾਵਾਂ ਨੂੰ ਕਹੂੰਗੀ ਨਾ ਵੀ ਅਸੀਂ ਬੁਟੀਕ ਖੋਲੀ ਆਪ ਹੀ, ਫਿਰ ਕੋਈ ਨਾ ਕੋਈ ਦੱਸਦਾ ਹੀ ਆ ਇੱਕ ਦੂਜੇ ਨੂੰ ਤੇ ਆਪ ਹੀ ਕੰਮ ਵਾਧਾ। ਥੋੜਾ ਕੁ ਸਮਾਂ ਰੋਕ ਕੇ ਨਾ ਇੱਥੇ ਸ਼ੀਸ਼ੇ ਸ਼ੂਸ਼ੇ ਲਾ ਕੇ ਤੇ ਉਹ ਨਾਲ ਲੈਸਾਂ ਲੂਸਾਂ ਰੱਖ ਲਾਂਗੇ, ਲੈਸਾਂ ਰੀਲਾਂ ਕੋਹ ਆਪਣੇ ਕੋਲੋਂ ਲਾ ਲਿਆ ਕਰਾਂਗੇ, ਤੇ ਕੋਹ ਆਪੇ ਜਿੰਨਾ ਨੇ ਖਾਣੀਆਂ ਹੋਣੀਆਂ ਉਹ ਵੀ ਕਰ ਸਕਦਾ, ਹੈਨਾ। ਆਹੋ ਇੱਦਾਂ ਹੀ ਕੰਮ ਵਾਧੇ ਹੌਲੀ ਹੌਲੀ, ਰੀਲਾਂ ਰੂਲਾਂ ਬੰਦਾ ਰੱਖ ਲਏ ਸਾਰਾ, ਲੋਕੀ ਬਥੇਰਾ ਕੁੱਲ ਲਵਾਉਂਦੇ ਚੁੰਨੀਆਂ ਨੂੰ ਲੈਸਾਂ ਮਾਰ ਸਿਲਮ ਸਤਾਰੇ ਕਈ ਕੁੱਲ ਲਵਾਉਂਦੇ ਹੁੰਦੇ ਲੋਕੀ। ਜੇ ਮੰਨ ਲਓ ਪੈਸੇ ਤੇ ਲੋੜ ਹੋਵੇ ਤੇ ਦੱਸ ਦੀ ਮੇਰਾ ਵੀਰ,
ਕੋਈ ਗੱਲ ਨਹੀਂ ਛੋਟਾ ਭਰਾ ਵਾ ਮੈਂ ਹਰ ਮੈਂ ਮੈਂ ਤੇਰੇ ਤੇ ਤਿਆਰ ਹੁੰਦੇ ਨਹੀਂ ਨਹੀਂ ਕੋਈ ਗੱਲ ਨਹੀਂ ਭਾਜੀ ਸੰਗਣਾ ਕਿਹੜੀ ਗੱਲੋਂ ਆ ਦੇਖ ਤੇ ਲੋੜ ਪਊਗੀ ਤੇ ਦੱਸ ਦਾਂਗੇ ਪਹਿਲੀ ਗੱਲ ਤੇ ਰਾਜਿੰਦਰ ਸਿਆਣੀ ਬੜੀ ਆ ਸਾਡੇ ਕੋਲ ਜਿੰਨੇ ਕੇ ਪੈਸੇ ਹੈਗੇ ਨਾ ਉਹਨੇ ਉਹਨੇ ਵੀ ਜਾਣੀ ਕਿ ਆਪਣਾ ਕਰ ਲਿਆ ਵਾਰੇ ਚ ਨਹੀਂ ਵਧੀਆ ਵਾ ਹਾਂਜੀ ਮਤਲਬ ਜਿੰਨੇ ਕੇ ਬੰਦੇ ਪੈਸੇ ਹੋਣ ਨਾ ਉਹਨੇ ਸਾਲ ਮਾਰੀ ਚਾਹੀਦੀ ਸਿਆਣਿਆਂ ਦੇ ਨਾ ਵੀ ਚਾਦਰ ਦੇਖ ਕੇ ਪੈਰ ਪਸੰਦ ਚਾਹੀਦੇ ਆ ਹਾਂਜੀ ਨਹੀਂ ਨਹੀਂ ਤੁਹਾਡੀ ਗੱਲ ਭਾਈ ਬਿਲਕੁਲ ਸਹੀ ਆ ਅਜੇ ਤੱਕ ਤੇ ਮਹਾਰਾਜ ਦੀ ਕਿਰਪਾ ਨਾਲ ਵਧੀਆ ਚੱਲੀ ਜਾ ਰਿਹਾ ਨਹੀਂ ਮੈਨੂੰ ਪਤਾ ਸਿਆਣੀ ਰਾਜਿੰਦਰ ਹਾਂਜੀ ਹਾਂਜੀ ਇਹ ਆ ਵੀ ਜਦੋਂ ਤਾਂ ਅਸੀਂ ਪਰਮਾਤਮਾ ਤੁਹਾਡਾ ਬਹੁਤ ਵਧੀਆ ਕੰਮ ਚਲਾਵੇ ਬਾਈ ਵੱਧ ਤੋਂ ਵੱਧ ਤੁਸੀਂ ਕਮਾਈ ਕਰੋ ਤਗੜੇ ਹੋ ਗਏ ਕਿ ਨਹੀਂ ਦੋਵੇਂ ਜੀ ਰਲ ਕੇ ਚੱਲੋ ਤੁਹਾਡੀ ਵਧੀਆ ਦੇ ਬੁਟੀਕ ਚੱਲੇ ਹਨਾ ਮੈਂ ਚਲੋ ਚਾਹੁੰਦਾ ਵਾਂ ਮਹਾਰਾਜ ਦਾ ਨਾਂ ਲੈ ਕੇ ਕੰਮ ਤੇ ਸਟਾਰਟ ਕੀਤਾ ਵਾ ਇਹਦੇ ਭਾਈ ਤੁਹਾਨੂੰ ਪਤਾ ਹੁਣ ਹੌਲੀ ਹੌਲੀ ਆ ਕੋਈ ਗੱਲ ਨਹੀਂ ਹੌਸਲਾ ਨਾ ਹਾਰ ਨਹੀਂ ਨਹੀਂ ਤੇ ਤੁਸੀਂ ਦੋਵੇਂ ਜੀ ਰਲ ਕੇ ਕੰਮ ਕੀਤਾ ਨਾ ਆਪੇ ਵੱਧ ਤੋਂ ਵੱਧ ਗਾਹ ਪਾਉਣੇ ਆ ਜਦੋਂ ਵੀ ਵਧੀਆ ਕੰਮ ਕੀਤਾ ਲੋਕਾਂ ਦਾ ਤਸੱਲੀ ਬਖਸ਼ ਤੇ ਆਪੇ ਲੋਕਾਂ ਨੇ ਉਹਨਾਂ ਦਾ ਆਪੇ ਕਮਾਈ ਵਧੀ ਬਣੀ ਆ ਹਾਂ ਨਹੀਂ ਨਹੀਂ ਗੱਲ ਹੀ ਕੋਈ ਨਹੀਂ ਜੀ ਤੇ ਕਿਤੇ ਲੋੜ ਪਊਗੀ ਫੇਰ ਤੁਹਾਨੂੰ ਜ਼ਰੂਰ ਦੱਸਾਂਗੇ ਆ ਕੋਈ ਗੱਲ ਨਹੀਂ ਚੇਚਣਾ ਨਹੀਂ ਕਿਸੇ ਨੂੰ ਲੰਗਾ ਠੀਕ ਆ ਬਾਈ ਠੀਕ ਆ ਆਪਾਂ ਤੇਰੀ ਹਰ ਮਤ ਤਿਆਰ ਹੋਣੇ ਦੀ ਮੈਂ ਕੰਮ ਕਰ ਲਈ ਕੋਈ ਵੀ ਕੋਈ ਗੱਲ ਕੋਈ ਵੀ ਲੋੜ ਹੋਵੇ ਕਿਸੇ ਗੱਲ ਦੀ ਮੈਂ ਤੇਰੇ ਨਾਲ ਹਾਂ ਹੈ ਕੋਈ ਗੱਲ ਨਹੀਂ ਬਾਕੀ ਸਿਰੇ ਰਾਜ ਦੇ ਬੜੀ ਸਿਆਣੀ ਕੁੜੀ ਆ ਘਰ ਚ ਵੀ ਇੱਕ ਬੜੇ ਸਾਰੇ ਜ਼ਿੰਦਗੀ ਸਾਰਾ ਬੜੀ ਵਧੀਆ ਕੰਮ ਕਰਦੀ ਸੀ ਵੇਖਿਓ ਵੀ ਇਹ ਕੰਮ ਨਾ ਉਹਨੇ ਬੜੀ ਲਗਨ ਨਾਲ ਕਰਨਾ ਵਾ ਤੇ ਉਹਨੇ ਕਾਮਯਾਬ ਵੇਖੀ ਬਹੁਤ ਛੇਤੀ ਹੋਣਾ ਵਾ ਜੇ ਇਦਾਂ ਤੁਸੀਂ ਕੰਮ ਕਰਦੇ ਰਹੇ ਦੋਵੇਂ ਮਿਲ ਕੇ ਵੇਖੀ ਇਦਾਂ ਜ਼ਰੂਰ ਕਾਮਯਾਬ ਹੋਗੇ ਤੁਸੀਂ ਨਹੀਂ ਨਹੀਂ ਭਾਜੀ ਕੁੜੀ ਤੇ ਬੜੀ ਮਿਹਨਤੀ ਆ ਉਹਦੀ ਪਿੱਠ ਸੁਣਦੀ ਐਵੇਂ ਝੂਠ ਨਹੀਂ ਬੋਲਣਾ ਇੱਥੇ ਵੇਖ ਲਓ ਉਹਨਾਂ ਕਿੰਨਾ ਨਫ਼ਰਤ ਕਰਦੀਆਂ ਦੋਵੇਂ ਜਾਣੀਆਂ ਅਗਰ ਆਪਣੀ ਧਿਆਨ ਫੇਰ ਵੀ ਕੰਮ ਲੱਗੀ ਰਹੀ ਉਹਨੇ ਜਿੱਦਬਾਜ਼ੀ ਨਹੀਂ ਇਹਨਾਂ ਨਾਲ ਕੀਤੀ ਉਹ ਚੱਲ ਛੱਡ ਪਰੇ ਘਰਾਂ 'ਚ ਸੌ ਗੱਲਾਂ ਜਿਹੜੀਆਂ ਇਹ ਨੂੰ ਧਿਆਨ ਦੇਣਾ ਤੂੰ ਚੰਗਾ ਨਾ ਨੂੰ ਬਹੁਤਾ ਟੈਨਸ਼ਨ ਦਿਆ ਗਿਆ ਇਹੋ ਗੱਲਾਂ ਦੀ ਨਹੀਂ ਨਹੀਂ ਮੈਂ ਸਭ ਕਹਿੰਦਾ ਸੀ ਮੈਂ ਤੇਰੇ ਨਾਲ ਆ ਪੂਰਾ ਸਹਿਯੋਗ ਜਾਗਾ ਚੰਗਾ ਨੂੰ ਹਾਂਜੀ ਹਾਂਜੀ ਬਾਕੀ ਸ਼ੇਰੇ ਮੈਨੂੰ ਬੜੀ ਖੁਸ਼ੀ ਹੈ ਦਿਲੋਂ ਵੀ ਤੁਸੀਂ ਨਾ ਆਪਣੀ ਜ਼ਿੰਮੇਵਾਰੀ ਆਪਣੇ ਮਤਲਬ ਪੂਰੀ ਨਿਭਾਉਂਦੇ ਹੀ ਹੋ ਤੇ ਕੰਮ ਵਧੀਆ ਕਰਨ ਦੇ ਹੀ ਹੋ ਬਾਕੀ ਘਰ ਹੋਰ ਵਾ ਜੇ ਤੁਸੀਂ ਕੰਮ ਖੋਲ ਲਿਆ ਨਾ ਤੇ ਘਰ 'ਚ ਕਲੇਸ਼ ਵੀ ਖਤਮ ਹੋ ਗਿਆ ਵਾ ਨੋਕ ਚੋ ਨਹੀਂ ਰਹਿੰਦੀ ਸੀ ਮਾੜੀ ਉਦਰੀ ਕੰਮ ਦੀ ਵੀ ਮੈਨੇ ਕੰਮ ਕੀਤਾ ਉਹਨੇ ਨਹੀਂ ਕੀਤਾ ਉਹ ਖਤਮ ਹੋ ਗਈ ਹੈ ਨਾ ਆਹ ਨਹੀਂ ਕਦਮ ਹੋਣੀ ਜਦੋਂ ਘਰ ਨਹੀਂ ਰਹਿਣਾ ਕੰਮ ਕਰਨਾ ਆਪਣਾ ਭਾਜੀ ਟਾਈਮ ਹੋ ਗਿਆ ਵਾ ਮੈਂ ਲੈ ਆਉਂਦਾ ਰਾਜ ਦਿੰਦਾ ਚੰਗਾ ਚਲ ਠੀਕ ਹੈ ਮੈਂ ਵੀ ਕੰਮ ਕਮਰਾ ਚੰਗਾ ਆਪ ਵੀ ਬਹਿ ਜਾਓ ਚਲ ਦੀਦੀ ਹਾਂ ਬਾਕੀ ਜਿਹੜਾ ਰਹਿ ਗਿਆ ਮੈਂ ਕਹਿੰਦੀ ਆ ਸਵੇਰੇ ਕਰ ਲਾਂਗੇ ਨਾ ਟਾਈਮ ਵੀ ਬਾਬਾ 6-7 ਵੱਜ ਗਏ ਆ ਮੈਂ ਚਲ ਥੋੜਾ ਜਿਹਾ ਖਲਾਰਾ ਸਾਂਭਦੀ ਆ ਸਵੇਰੇ ਸਵੇਰੇ ਮੱਥੇ ਲੱਗਦਾ ਨਾ ਖਲਾਰਾ ਤੇ ਫਿਰ ਜੀ ਨਹੀਂ ਕਰਦਾ ਕੰਮ ਕਰਨ ਨੂੰ ਆਹ ਇਧਰੋਂ ਤੇ ਮੈਂ ਸਾਰਾ ਚੁੱਕ ਤਾਂ ਮਾੜਾ ਮੋਟਾ ਜਿਹਾ ਰਹਿ ਗਿਆ ਵਾ ਤੇ ਮੈਂ ਕਹਿੰਦਾ ਤਾਂ ਮੈਂ ਵੀ ਕਰਾਂ ਸ਼ੇਰੇ ਨੂੰ ਫੋਨ ਤੇ ਚੱਲੀਏ ਫਿਰ ਨਾ ਕਵੇਲਾ ਬੜਾ ਹੋ ਗਿਆ ਵਾ ਆਹ ਤੂੰ ਵੀ ਕਰ ਲਾ ਤੇ ਮੈਂ ਵੀ ਤੇਰੇ ਭਾਜੀ ਨੂੰ ਫੋਨ ਕਰਾਂ ਤੇ 6 ਵਜੇ ਨੇ ਹੁਣ ਕਿੰਨਾਂ ਨੇ ਰੋਟੀਆਂ ਮੰਗਣ ਲੱਗ ਪੈਂਦੇ ਆ ਉਹੀ ਤੇ ਮੈਂ ਕਹਿਣ ਦੀ ਆ ਮੇਰੇ ਤੇ ਸਾਰੇ ਖਲਾਰਾ ਖਿੱਲ ਰਿਆ ਹੋਣਾ ਜਾਂਦਿਆਂ ਨੂੰ ਆਹੋ ਸੱਚ ਤੇਰਾ ਤੇ ਉਹ ਕੰਮ ਜੂਆ ਇਹ ਦਿੱਤਾ ਤੁਹਾਨੂੰ ਪਤਾ ਹੀ ਆ ਆਹੋ ਚਲੋ ਚਲੋ ਠੀਕ ਆ ਹਾਂਜੀ ਆ ਜਾਣਾ ਨਾਲੇ ਘੜੀ ਲੱਗਣੀ ਆ ਤੇ ਚੱਲ ਨਹੀਂ ਤੇ ਤੂੰ ਪਹਿਲਾਂ ਨਿਕਲ ਜੀ ਮੈਂ ਤੱਕ ਬਾਅਦ ਚ ਨਿਕਲ ਜੂ ਹੈ ਨਾ ਕੋਈ ਗੱਲ ਨਹੀਂ ਆਪਾਂ ਇਕੱਠੇ ਜਾਵਾਂਗੇ ਥੋੜਾ ਜਿਹਾ ਸਮਾਰਾ ਸਾਂਭ ਲਾ ਹੁਣ ਕਿੱਧਰ ਚੱਲਿਆ ਵਾ ਮੈਂ ਰਾਜਿੰਦਰ ਨੂੰ ਲੈਣ ਬਸ ਹੁਣ ਇਹੋ ਹੀ ਕੰਜਰਖਾਨਾ ਰਿਹਾ ਕਰਨਾ ਕਦੀ ਛੱਡਣ ਚੱਲ ਗਿਆ ਤੇ ਕਦੀ ਉਹਨੂੰ ਲੈਣ ਚੱਲ ਗਿਆ ਮੰਮੀ ਮੇਰੀ ਘਰ ਵਾਲੀ ਆ ਮੈਂ ਹੀ ਛੱਡ ਕੇ ਆਉਣਾ ਮੈਂ ਹੀ ਉਹਨੂੰ ਲੈ ਕੇ ਆਉਣਾ ਇਹ ਕਿੱਦਾਂ ਦੀਆਂ ਗੱਲਾਂ ਹੋਈਆਂ ਜੇ ਉਹਨੂੰ ਐਡਾ ਕਮਾਈ ਕਰਨ ਦਾ ਸ਼ੌਂਕ ਵਾ ਨਾ ਤੇ ਰਕਸ਼ੇ ਤੇ ਜਾ ਵੀ ਸਕਦੀ ਆ ਤੇ ਆ ਵੀ ਸਕਦੀ ਆ ਹੁਣ ਧਾਰਾਂ ਦਾ ਟਾਈਮ ਹੋਇਆ ਤੂੰ ਰੋਡ 'ਤੇ ਚੱਲਿਆ ਉਹਨੂੰ ਲੈਣ ਤੇ ਧਾਰਾਂ ਕਿਹਨੇ ਕੱਢਣੀਆਂ ਵਾ ਧਾਰਾਂ ਮੈਂ ਕੱਢ ਲਈਆਂ ਵਾ ਚੰਗਾ ਟੈਨਸ਼ਨ ਨਾ ਲਓ ਤੁਸੀਂ ਏਡੀ ਓਦਾਂ ਤੁਹਾਨੂੰ ਅੱਜ ਸਾਰਾ ਦਿਨ ਦਿਸੀ ਨਹੀਂ ਆ ਤੇ ਮੇਰੇ ਦੁਆਲੇ ਹੋ ਜਾਣਾ ਹੁੰਦਾ ਤੁਸੀਂ
ਬੁਟੀਕ ਖੋਲੀ ਆ, ਦੁਕਾਨ ਚ ਕੱਪੜੇ ਸੀਂਦੀ ਆ ਅਗਲੀ, ਫਿਰ ਨਾਲੇ ਕਿਹੜੀ ਕਮਾਈ ਹੋ ਗਈ? ਆਹੋ ਤੇ ਕੱਪੜੇ ਘਰ ਬਹਿ ਕੇ ਵੀ ਸੀਤੇ ਜਾਂਦੇ ਆ। ਨਹੀਂ ਇੱਥੇ ਉਹ ਕੰਮ ਨੀ ਚੱਲਣਾ ਜਿਹੜਾ ਤੂੰ ਸ਼ਹਿਰ ਚੱਲਣਾ, ਇਹੋ ਕੰਮ ਕਰਦਾ ਰਿਹਾ ਕਰ ਚੰਗਾ। ਕੋਈ ਗੱਲ ਨੀ, ਇਹੋ ਕੰਮ ਕਰਦਾ ਰਿਹਾ ਗਾ, ਤੁਹਾਨੂੰ ਤਾਂ ਉਦਾਂ ਹੀ ਸਾੜਾ ਹੀ ਪੈ ਗਿਆ ਵਾ, ਕੱਲ ਦੇ ਪਰਸੋਂ ਦਾ ਸਾੜਾ ਪਿਆ ਜਿੱਦਾਂ ਦੀ ਦੁਕਾਨ ਲਈ ਆ। ਜਬਾਨ ਦਾ ਕਿੱਦਾਂ ਦੀ ਕੈਂਚੀ ਚੱਲਦੀ ਆ ਜੀ, ਤੁਹਾਡੀ ਜਬਾਨ ਨਾਲੇ ਇਹ ਧਾਰਾਂ ਵਾਲਾ ਕੰਮ ਹੋ ਨਾ, ਉਹ ਭਾਬੀ ਕੋ ਸਿੱਖ ਤੇ ਕੱਢਿਆ ਕਰੇ, ਉਹਨੇ ਨਹੀਂ ਕੱਢਣੀਆਂ ਧਾਰਾਂ, ਤੈਨੂੰ ਕੱਢਣੀਆਂ ਪੈਣੀਆਂ। ਉਹ ਕੰਮ ਤੇ ਜਾਂਦੀ ਆ ਤੇ ਮੈਂ ਵੀ ਲੇਟ ਜਾ ਕੇ ਲੇਟ ਲੂਟ ਹੋ ਜਾ ਕਰਨਾ ਵਾ, ਤੇ ਇਹਦਾ ਕੰਮ ਸਹੀ ਲੱਗਦਾ ਤੁਹਾਡਾ ਦਫ਼ਤਰ ਦਾ ਕੰਮ ਹੋਣਾ ਨਹੀਂ ਤਾਂ ਤੁਸੀਂ ਲੇਟ ਹੋ ਜਾ ਕਰਦਾ ਪੂਰਾ। ਇਹਦੀ ਉਹਦੀ ਬੋਲੀ ਤੇ ਲੱਗਾ ਵਾ, ਜਿੱਦਾਂ ਕਹਿੰਦੀ ਹੈ ਨਾ ਉਦਾਂ ਹੀ ਕਰਦਾ ਵਾ, ਕਿਤੇ ਆਪਣੀ ਮਰਜ਼ੀ ਦਾ ਤੇ ਇਹਨੇ ਕੋਈ ਕੰਮ ਕਰਨਾ ਹੀ ਨਹੀਂ, ਨਾ ਇਹਨੇ ਕਿਤੇ ਮੇਰੀ ਮੰਨਣੀ ਆ, ਜੋ ਆਖੀ ਜਾਂਦੀ ਆ ਬਸ ਉਦਾਂ ਹੀ ਨੱਚੀ ਜਾਂਦਾ ਵਾ। ਇੱਦਾਂ ਕਰਦੀ ਹਾਂ, ਸਾਡੇ ਲਈ ਪੱਕ ਗਈਆਂ ਵਾ ਅਤੇ ਗਰਮੀ ਬੜੀ ਆ, ਬਾਕੀ ਆਟਾ ਚੁੱਕ ਹੀ ਦਿੰਦੀ ਹਾਂ, ਆਪੇ ਰਾਜਵਿੰਦਰ ਆਊਗੀ ਨਾ ਅਤੇ ਆਪਣੇ ਲਈ ਤਾਜ਼ੀ ਪਕਾ ਲੂਗੀ, ਇੱਥੇ ਕਿਹੜਾ ਕਰਨ ਵਿੱਚ ਡਿਆ, ਸਾਡੇ ਲਈ ਕੰਮ ਕਰਨ ਗਈ ਆਪਣਾ ਹੀ ਕਰਨ ਗਈ। ਬੜੀ ਭੁੱਖ ਲੱਗੀ ਆ, ਉਹੀ ਜਿਹੜੀ ਸਵੇਰ ਦੀ ਘਰੋਂ ਰੋਟੀ ਖਾ ਗਈ ਹੈ ਨਾ ਉਹੀ ਖਾਧੀ ਆ, ਏਦਾਂ ਕਰਦੀ ਆਪਣੀ ਤੇ ਸਵੇਰੇ ਜੋਗੀ ਰੋਟੀ ਪਾ ਲੈਂਦੀ ਆ, ਲੱਗਦਾ ਸਾਰਿਆਂ ਨੇ ਰੋਟੀ ਖਾ ਲਈ ਆ, ਭਾਂਡੇ ਪਏ ਆ ਜੁੱਠੇ, ਆਪਣੀ ਤੇ ਸਵੇਰੇ ਦੀ ਖਾਣੀ ਆ ਰੋਟੀ ਖਾਂਦੇ ਆ।